ਦੱਖਣੀ ਸਸਕੇਚੁਆਨ ਮੈਨੀਟੋਬਾ 온ਟਾਰੀਓ ਤੇ ਕியੂਬੈਕ ਦੇ ਕਈ ਹਿੱਸਿਆਂ ਨੂੰ ਇੱਕ ਤੂਫਾਨ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ ਅਮਰੀਕਾ ਤੋਂ ਸ਼ੁਰੂ ਹੋਇਆ ਇਹ ਤੂਫਾਨ ਜੋ ਕੈਨੇਡਾ ਤੇ ਮੈਕਸੀਕੋ ਦੇ ਵੀ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ ਐਤਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਗਈ ਕਿ ਕੋਲਰਾਡੋ ਤੋਂ ਇਸ ਹਫਤੇ ਸ਼ੁਰੂ ਹੋਇਆ ਤੂਫਾਨ 3000 ਕਿਲੋਮੀਟਰ ਦੇ ਹਿੱਸੇ ਨੂੰ ਪ੍ਰਭਾਵਿਤ ਕਰੇਗਾ ਨੈਸ਼ਨਲ ਓਸ਼ਨ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਸਰਦੀਆਂ ਦੌਰਾਨ ਜੋ ਕੋਲਰਾਡੋ ਤੋਂ ਘੱਟ ਦਬਾਅ ਦੇ ਨਾਲ ਤੂਫਾਨ ਸ਼ੁਰੂ ਹੁੰਦਾ ਹੈ ਉਸ ਦਾ ਅਸਰ ਅਮਰੀਕਾ ਦੇ ਕਈ ਪਲੇਨ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਕੈਨੇਡਾ ਦੇ ਮਾਤਾਵਰਣ ਵਿਭਾਗ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਇਸ ਹਫਤੇ ਤੂਫਾਨ ਦਾ ਅਸਰ ਦਿਖਾਈ ਦੇ ਸਕਦਾ ਹੈ ਉੱਥੇ ਪਹਿਲਾਂ ਹੀ ਇਸ ਹਫਤੇ ਸਮੇਂ ਬਰਫਬਾਰੀ ਹੋ ਰਹੀ ਹੈ ਦੱਖਣੀ ਮੈਨੀਟੋਬਾ ਤੇ ਤੂਫਾਨ ਦਾ ਅਸਰ ਦਿਖਾਈ ਦੇਵੇਗਾ ਮੰਗਲਵਾਰ ਦੀ ਰਾਤ ਨੂੰ ਜ਼ਿਆਦਾ ਬਰਫਬਾਰੀ ਮੈਨੀਟੋਬਾ ਤੇ ਸਕੈਚਵਨ ਦੇ ਦੱਖਣੀ ਹਿੱਸਿਆਂ ਦੇ ਵਿੱਚ ਹੋਵੇਗੀ ਤੇ ਬੁੱਧਵਾਰ ਤੱਕ ਜਾਰੀ ਰਹੇਗੀ ਤੇ ਕਈ ਹਿੱਸਿਆਂ ਵਿੱਚ ਬਰਫੀਲਾ ਤੂਫਾਨ ਵੀਰਵਾਰ ਤੱਕ ਵੀ ਜਾਰੀ ਰਹੇਗਾ ਜਿਸ ਦੇ ਲਈ ਵਾਤਾਵਰਣ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਤਿਆਰ ਰਹਿਣ ਦੀ ਲੋੜ ਹੈ ਕਿ ਹੋਰ ਜ਼ਿਆਦਾ ਬਰਫਬਾਰੀ ਹੋਵੇਗੀ ਸੜਕਾਂ ਦੇ ਉੱਤੇ ਗੱਡੀ ਚਲਾਉਣ ਦੇ ਲਈ ਹਾਲਾਤ ਵੀ ਠੀਕ ਨਹੀਂ ਨੇ ਤਾਂ ਇਸ ਰਾਹ ਜੇਕਰ ਜ਼ਰੂਰੀ ਨਹੀਂ ਹੈ ਤਾਂ ਟ੍ਰੈਵਲ ਦੇ ਵਾਸਤੇ ਕੋਈ ਵੀ ਪਲਾਨ ਨਾ ਬਣਾਇਆ ਜਾਵੇ ਇਸ ਹਫਤੇ ਦੇ ਅੰਤ ਤੱਕ ਇਹ ਤੂਫਾਨ অন্ਟੇਰੀਓ ਦੇ ਪੂਰਬੀ ਖੇਤਰ ਦੇ ਵਿੱਚ ਪਹੁੰਚ ਜਾਵੇਗਾ ਜਿਸ ਦਾ ਪ੍ਰਭਾਵ ਉੱਥੇ ਪੱਛਮੀ ਤੇ ਦੱਖਣੀ অন্ਟੇਰੀਓ ਸਮੇਤ ਕਿਊਬੈਕ ਤੇ ਵੀ ਦੇਖਣ ਨੂੰ ਮਿਲੇਗਾ ਜਿੱਥੇ ਵੀਰਵਾਰ ਤੇ ਸ਼ੁੱਕਰਵਾਰ ਤੱਕ ਬਰਫੀਲਾ ਤੂਫਾਨ ਆਪਣਾ ਅਸਰ ਦਿਖਾਵੇਗਾ ਜਿਸ ਸੇ ਬਾਰੇ ਨਾਲ ਦੀ ਨਾਲ এনਵਾਇਰਨਮੈਂਟ ਕੈਨੇਡਾ ਦੇ ਵੱਲੋਂ ਜਾਣਕਾਰੀ ਸਾਂਝੀ ਵੀ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ